ਲੋਕ ਸਭਾ ਜਲੰਧਰ ਤੋਂ ਚੋਣ ਲੜ ਚੁੱਕੇ ਨੀਟੂ ਸ਼ਟਰਾਂ ਵਾਲਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ। ਇਸ ਸੰਬੰਧੀ ਨੀਟੂ ਸ਼ਟਰਾਂ ਵਾਲੇ ਨੇ ਬਕਾਇਦਾ ਰਣਨੀਤੀ ਵੀ ਤਿਆਰ ਕਰ ਲਈ ਹੈ ਅਤੇ 29 ਨਵੰਬਰ ਨੂੰ ਅੰਮ੍ਰਿਤਸਰ ਪਵਿੱਤਰ ਨਗਰੀ ਵਿਖੇ ਪਾਰਟੀ ਦਾ ਨਾਮ ਵੀ ਐਲਾਨ ਕਰ ਦਿੱਤਾ ਜਾਵੇਗਾ। ਲੋਕ ਸਭਾ ਚੋਣਾਂ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਉਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਆਏ ਜਦੋਂ ਉਹਨਾਂ ਨੂੰ ਸਿਰਫ 5 ਵੋਟਾਂ ਪਈਆਂ ਸਨ। ਨੀਟੂ ਸ਼ਟਰਾਂ ਵਾਲਾ ਬਰਨਾਲਾ ਜ਼ਿਲ੍ਹੇ ਦੇ ਗਾਇਕਾਂ ਪਿੰਡ ਵਿਖੇ ਕਬੱਡੀ ਟੂਰਨਾਮੈਂਟ ਵਿਖੇ ਆਏ ਸਨ ਜਿੱਥੇ ਉਹਨਾਂ ਕਿਹਾ ਕਿ ਉਹ ਆਪਣੀ ਪਾਰਟੀ ਵਿੱਚ ਗਰੀਬ ਲੋਕਾਂ ਨੂੰ ਸ਼ਾਮਿਲ ਕਰਨਗੇ। ਨੀਟੂ ਜੀ, ਅੱਜ ਤੁਸੀਂ ਸੰਗਰੂਰ ਪਹੁੰਚੇ ਹੋਗੇ ਬੱਬੂ ਮਾਨ ਸਟੋਰ ਦੇ ਵਿੱਚ, ਕੀ ਸਬੱਬ ਬਣਾਏਗਾ, ਕਿਸ ਤਰ੍ਹਾਂ ਦਾ ਜਿਹੜਾ ਸ਼ਡਿਊਲ ਸੀ ਅੱਜ ਦਾ? ਸਰ, ਅੱਜ ਦਾ ਸ਼ਡਿਊਲ ਤਾਂ ਸੀਗਾ ਇੱਦਾਂ ਕਿ ਇੱਕ ਤਾਂ ਸਾਨੂੰ ਇੱਥੇ ਪਿੰਡ ਦੇ ਵਿੱਚ ਮੋਟਰਸਾਈਕਲ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਵਧੀਆ ਲੱਗਾ। ਇੱਥੋਂ ਦੇ ਜਿਹੜੇ ਪਿੰਡ ਦੇ ਲੋਕ ਆ ਬਹੁਤ ਦਿਲ ਦੇ ਸਾਫ਼ ਅਤੇ ਆਪਾਂ ਇਹਨਾਂ ਦੇ ਖੁੱਲ੍ਹ ਕੇ ਸਪੋਰਟ ਕਰਾਂਗੇ। ਆਉਣ ਵਾਲੇ ਇਲੈਕਸ਼ਨ 'ਚ ਆਪਾਂ ਸਾਰੇ ਆਜ਼ਾਦ ਕੈਂਡੀਡੇਟ ਜਿੰਨੇ ਖੜ੍ਹੇ ਕਰਾਂਗੇ ਅਤੇ ਲੜਾਂਗੇ ਜੀ। ਔਰ ਭਾਅ ਜੀ, ਸਾਡੇ ਰੱਬ ਵਰਗੇ ਬੰਦੇ ਜਿਹੜੇ ਸਾਡੇ ਨਾਲ ਜੁੜੇ ਆ, ਚੇਚਾ ਅਗਲੇ ਕੋਈ ਕੰਮ ਛੱਡ ਕੇ ਸਾਨੂੰ ਦੇਖਣ ਵਾਸਤੇ ਆਏ, ਇਹਨਾਂ ਦੀ ਅਸੀਂ ਦਿਲੋਂ ਕਦਰ ਕਰਦੇ। ਇਹੀ ਆਪਾਂ ਖੱਟਿਆ ਜੀ, ਜਾਂ ਇਲੈਕਸ਼ਨ 'ਚ ਆਪਾਂ ਕਹੋ ਕਿਸੇ ਕੋਲ ਪੈਸੇ ਲਏ ਜਾਂ ਕੁਛ ਕਰ, ਕੁਛ ਨਹੀਂ ਹੋਰ ਕਰਨਾ, ਬਸ ਦਿਲਾਂ ਵਿੱਚ ਜਿਹੜੀ ਇੱਜ਼ਤ ਆ ਉਹੀ ਆ।